ਰਾਜਦੀਪ ਸਿੰਘ ਗੁਰੂ ਹੈ ਜੀ। ਇਹ ਭਾਜੀ ਮੈਂ 94 ਤੋਂ ਕਰ ਰਿਹਾ, 19 ਟਾਈਮ ਮੇਰੀ 7 ਸਾਲ ਦੀ ਉਮਰ ਸੀ ਉਦੋਂ ਮੈਂ ਘਰ ਤੋਂ ਜਾ ਚੁੱਕਾ। ਸਿਰਫ ਇੱਕ ਘਰ ਦੇ ਵਿੱਚ ਗਰੀਬੀ ਸੀਗੀ, ਜਿਹੜੇ ਮੇਰੇ ਤਾਇਆ ਜੀ ਸੀ ਉਹਨਾਂ ਨੇ ਮਤਲਬ ਕਿ ਦਾਦੀ ਦੇ ਸਾਰੇ ਪੈਸੇ ਦੇ ਸਾਰੇ ਸੰਭਾਲ ਲਏ ਸੀਗੇ ਜੀ। ਫਿਰ ਵੀ ਡੈਡੀ ਮਿਹਨਤ ਕਰਦੇ ਰਹੇ, ਵੈਦ ਵੀ ਹੈ, ਮੇਰਾ ਡੈਡੀ ਹੈੱਡ ਗ੍ਰੰਥੀ ਸੀਗੇ, ਮੇਰੇ ਦਾਦਾ ਜੀ ਦੇ ਪੰਜਾਬ ਸਾਹਿਬ ਨਨਕਾਣਾ ਸਾਹਿਬ ਤੋਂ ਸੀਗੇ ਜੀ। ਤੇ ਮੇਰਾ ਵੀ ਮਨ ਦੇ ਵਿੱਚ ਐਂ ਸੀਗਾ ਕਿ ਮੈਂ ਵੀ ਆਪਣੇ ਕਿਸੇ ਤਾਏ ਚਾਚੇ ਨੂੰ ਬਣ ਕੇ ਦਿਖਾਵਾਂ ਜੀ ਆਪਣੇ। ਅੱਜ ਮੈਂ 4 ਸਾਲ ਘਰ ਤੋਂ ਚਲਾ ਗਏ ਸਮਾਣੇ, ਸਮਾਣੇ ਜਾ ਕੇ ਮੈਂ ਕੰਮ ਸਿੱਖਿਆ ਜੀ। ਮੇਰੇ ਡੈਡੀ ਸਿਰਫ ਮੈਨੂੰ 4 ਅੱਖਰ ਸਿਖਾਏ, ਕੂੜੇ ਐਡ ਕੂੜੇ ਤੋਂ ਲੱਗ ਕੇ ਆਹੇ ਤੱਕ। ਮੈਂ ਉਹਨਾਂ ਦੀ ਗਿਣਤੀ ਦੇ ਵਿੱਚ ਪੜ ਗਿਆ ਜੀ, ਤੋਂ ਪਾਸ ਆ ਤੇ ਪਲੱਸ ਟੂ ਵੀ ਪਾਸ ਆ। ਮੇਰੇ ਕੋਲ 80 ਸਕੂਲ ਆ ਜੀ ਸਮਾਣੇ ਏਰੀਆ ਦੇ ਵਿੱਚ ਭਾਜੀ। ਪੇਂਟਿੰਗ ਕਰਦਾ ਜੀ, ਵਾਲ ਪੇਂਟਿੰਗ, ਆਇਲ ਪੇਂਟਿੰਗ ਸਾਰੀ ਮੈਂ ਕਰਦਾ ਜੀ। ਕਪਾ ਰੇੜੀ ਰੱਖੀ ਹੋਈ ਜੀ ਨਾਲ, ਇਹ ਇਸ ਰੇੜੀ ਦੇ ਵਿੱਚ ਸਮਾਨ ਰੱਖਦੇ। ਸਪਰੇ ਦਾ ਕੰਮ ਕਰਦਾ ਜੀ ਮੈਂ, ਫੁੱਲਾਂ ਦੇ ਕੰਮ, ਕੋਲਜਾਂ ਦੇ, ਗੁਰਦੁਆਰਾ ਸਾਹਿਬ ਦੇ, ਮੰਦਰਾਂ ਦੇ, ਮੂਰਤੀਆਂ ਦੇ ਸਾਰੇ ਕੰਮ ਕਰਦਾ ਜੀ। ਮਾਤਾ ਦਾ ਰੋਲ ਰਿਹਾ ਜੀ, ਮੈਂ ਉਹਨਾਂ ਨੂੰ ਮੰਨਦਾ ਰਿਹਾ। ਮੈਂ ਕਿਹਾ ਵੀ ਜਿਸ ਰਜਾ ਦੇ ਤੁਸੀਂ ਰੱਖੋ ਮੈਂ ਉਸ ਰਜਾ ਦੇ ਚਲਾਂਗਾ, ਪਰ ਤੁਹਾਨੂੰ ਭੁੱਲਦਾ ਨਹੀਂ। ਤੁਸੀਂ ਜੋ ਵੀ ਦੋਗੇ, ਪਾਣੀ ਪੀ ਕੇ ਸੋ ਜਾਗਾ, ਠੰਡੀ ਸੁੱਕੀ ਰੋਟੀ ਖਾ ਕੇ ਸੋ ਜਾਗਾ, ਪਰ ਤੁਹਾਡਾ ਮੈਂ ਦਰ ਨਹੀਂ ਛੱਡਣਾ ਹੈਗਾ। ਬਹੁਤ ਵਧੀਆ ਚੱਲ ਰਹੀ ਹੈ ਜੀ, ਬਹੁਤ ਵਧੀਆ। ਵੀ ਜੇ ਆਪਣਾ ਅੱਜ ਤੇ ਗਰੀਬੀ ਹੈ, ਕੱਲ੍ਹ ਨੂੰ ਆਪਣੇ ਅਮੀਰ ਵੀ ਆ ਜਾਏ।